ਲੁਧਿਆਣਾ ਦੇ 78 ਸਾਲਾ ਮੋਹਨ ਚੰਦ ਸ਼ਰਮਾ ਦਾ 29 ਮਾਰਚ ਨੂੰ ਕੋਵਿਡ ਕਾਰਨ ਦੇਹਾਂਤ ਹੋ ਗਿਆ। ਉਹਨਾਂ ਦੇ ਪੁੱਤਰ ਯਸ਼ਪਾਲ ਸ਼ਰਮਾ ਦੱਸਦੇ ਹਨ ਕਿ ਉਹ 4-5 ਦਿਨਾਂ ਤੋਂ ਬਿਮਾਰ ਸੀ ਅਤੇ ਇਸ ਲਈ ਦਵਾਈ ਵੀ ਲੈ ਰਹੇ ਸੀ, ਪਰ ਜਦੋਂ ਠੀਕ ਨਹੀਂ ਹੋਏ ਤਾਂ ਟੈਸਟ ਕਰਾਉਣ ਤੇ ਪਤਾ ਲੱਗਾ ਕਿ ਉਹਨਾਂ ਨੂੰ ਕੋਵਿਡ ਹੈ। ਸਾਨੂੰ ਕੁਛ ਸੀਗਾ ਹੀ ਨਹੀਂ ਕਿ ਏਦਾਂ ਦੀ ਇਕਦਮ ਡੈਥ ਹੋ ਜਾਏਗੀ, ਏਦਾਂ ਦਾ ਸਾਡੇ ਉੱਪਰ ਪਹਾੜ ਗਿਰ ਜਾਏਗਾ। ਇਹ ਤਾਂ ਇਕਦਮ ਹੀ ਹੋਇਆ ਸਾਡੇ ਨਾਲ, ਤੇ ਰੀਜ਼ਨ ਕੀ ਹੈ ਕਿ ਕੋਰੋਨਾ ਨੇ ਹੀ ਮੇਨ ਇਹਦੇ ਵਿੱਚ ਇਹ ਹੈ ਕਿ ਉਹਨਾਂ ਦੇ ਲੰਗਸ ਤੇ ਕਬਜ਼ਾ ਕਰ ਲਿਆ ਸੀਗਾ, ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਬਰਨਾਲਾ ਦੇ 22 ਸਾਲਾ ਦੀਪਕ, ਵਿਸਾਖੀ ਵਾਲੇ ਦਿਨ ਯਾਨੀ 13 ਅਪ੍ਰੈਲ ਨੂੰ ਕੋਵਿਡ ਕਾਰਨ ਇਹਨਾਂ ਦੀ ਮੌਤ ਹੋ ਗਈ। ਹਾਲਾਂਕਿ ਇਹਨਾਂ ਦੇ ਘਰ ਵਾਲੇ ਦੋਸ਼ ਲਾਉਂਦੇ ਹਨ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਦੀਪਕ ਦੀ ਮੌਤ ਹੋਈ ਹੈ। ਘਰ ਦੇ ਲੋਕ ਸਦਮੇ ਵਿੱਚ ਹਨ। ਸਾਡੇ ਘਰੇ ਬਹੁਤ ਜ਼ਿਆਦਾ ਰੋ ਰਹੇ ਨੇ ਜੀ, ਸਾਡਾ ਬੱਚਾ ਨੌਜਵਾਨ ਚਲਾ ਗਿਆ ਜੀ। ਹਾਲਤ ਇਹ ਹੈ ਕਿ ਸਾਰੇ ਭਾਰਤ ਵਿੱਚੋਂ ਪੰਜਾਬ ਦੀ ਮੌਤ ਦੀ ਦਰ ਸਭ ਤੋਂ ਵੱਧ ਹੈ। ਗੁਆਂਢੀ ਸੂਬੇ ਹਰਿਆਣਾ ਨਾਲ ਪੰਜਾਬ ਦੀ ਤੁਲਨਾ ਕਰਨ 'ਤੇ ਸਮਝ ਆ ਜਾਏਗਾ ਕਿ ਮਾਮਲਾ ਇੰਨਾ ਗੰਭੀਰ ਕਿਉਂ ਹੈ। 19 ਅਪ੍ਰੈਲ ਨੂੰ ਪੰਜਾਬ ਵਿੱਚ 84 ਮੌਤਾਂ ਹੋਈਆਂ, ਉਸੇ ਦਿਨ ਹਰਿਆਣਾ ਵਿੱਚ ਇਹ ਗਿਣਤੀ 33 ਸੀ। 18 ਅਪ੍ਰੈਲ ਨੂੰ ਕੋਵਿਡ ਕਾਰਨ ਪੰਜਾਬ ਵਿੱਚ 68 ਮੌਤਾਂ ਹੋਈਆਂ ਅਤੇ ਹਰਿਆਣਾ ਵਿੱਚ 29। 17 ਅਪ੍ਰੈਲ ਨੂੰ ਪੰਜਾਬ 'ਚ 62 ਮੌਤਾਂ ਹੋਈਆਂ, ਜਦੋਂ ਕਿ ਹਰਿਆਣਾ ਵਿੱਚ 32 ਲੋਕਾਂ ਦੀ ਜਾਨ ਗਈ। 16 ਅਪ੍ਰੈਲ ਨੂੰ ਪੰਜਾਬ ਵਿੱਚ 50 ਮੌਤਾਂ ਹੋਈਆਂ ਅਤੇ ਹਰਿਆਣਾ ਵਿੱਚ 20। ਪੰਜਾਬ ਦੀ ਮੌਤ ਦੀ ਦਰ 19 ਅਪ੍ਰੈਲ ਨੂੰ 2.6% ਸੀ। ਇੱਥੋਂ ਤੱਕ ਕਿ ਦਿੱਲੀ ਅਤੇ ਮਹਾਰਾਸ਼ਟਰ, ਜਿੱਥੇ ਕੋਵਿਡ ਦੀ ਸਥਿਤੀ ਬਹੁਤ ਗੰਭੀਰ ਹੈ, ਉੱਥੇ ਵੀ ਮੌਤ ਦੀ ਦਰ ਇੰਨੀ ਨਹੀਂ ਹੈ। ਕੋਵਿਡ ਬਾਰੇ ਮਾਹਿਰਾਂ ਦੀ ਟਾਸਕ ਫੋਰਸ ਦੇ ਮੁਖੀ ਡਾਕਟਰ KK ਤਲਵਾਰ ਨੇ BBC ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇ ਤੁਸੀਂ ਪਰ ਮਿਲੀਅਨ ਵੇਖੋ ਤਾਂ ਪੰਜਾਬ ਦੀ ਹਾਲਤ ਇੰਨੀ ਖਰਾਬ ਨਹੀਂ ਹੈ, ਪਰ ਤਾਂ ਵੀ ਸੂਬੇ ਵਿੱਚ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹੈ। ਲੋਕ ਲੇਟ ਆ ਰਹੇ ਹੈ, ਲੋਕ ਘਰ ਮੇ ਬੈਠੇ ਰਹਤੇ ਹੈ, ਟੈਸਟ ਕਰਾਤੇ ਨਹੀਂ, ਔਰ ਜਬ ਠੀਕ ਹੋ ਜਾਤੇ ਹੈ, ਟੈਸਟ ਕਰਾਤੇ ਹੈ, ਫਿਰ ਉਹ ਭਾਗਤੇ ਹੈ। ਤੋ ਉਸ ਟਾਈਮ ਜੋ ਮੇਨ ਪੀਰੀਅਡ ਹੋਤਾ ਹੈ, ਜਹਾਂ ਪੇ ਆਪ ਇਨਕੋ ਥੋੜਾ ਹੈਲਪ ਕਰ ਸਕਦੇ ਹੋ ਪ੍ਰੋਪਰਲੀ ਆਕਸੀਜਨ ਦੇ ਕੇ, ਉਹ ਟਾਈਮ ਜੋ ਹੈ ਉਹ ਲੂਜ਼ ਹੋ ਜਾਂਦਾ। ਇਹ ਚੱਕਰ ਹੁਆ ਹੈ। तो ये एक रीजन ये भी सुनने में आ रहा है, जो कुछ एक्सपर्ट्स बता रहे हैं गवर्नमेंट के भी, कि कोमोर्बिडिटी बहुत हाई है। कोमोर्बिड है, एक है कि जो एक तो लेट आ गए, दूसरे जिनको कोमोर्बिड काफी होंगे, किडनी डिजीज है, लिवर डिजीज है, कोई क्रॉनिक अल्कोहलिक है, डायबिटीज है, मोटापा है, ये जो ऐसे लोग हैं इनको थोड़ा सिक होने के ज्यादा चांसेस होते हैं, इनमें कॉम्प्लिकेशन होने के ज्यादा चांस है, इनमें डेथ होने के ज्यादा चांसेस है। पंजाब विच सब तो वध मरण वाले 61 ਤੇ 70 ਦੀ ਉਮਰ ਦੇ ਵਿਚਾਲੇ ਹਨ, ਯਾਨੀ 30% ਤੋਂ ਵੀ ਵੱਧ। ਉਸ ਤੋਂ ਬਾਅਦ 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਹਨ, 28% ਤੋਂ ਜ਼ਿਆਦਾ। ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਜਿਵੇਂ ਉਮਰ ਵੱਧਦੀ ਹੈ, ਉਵੇਂ ਉਵੇਂ ਖਤਰਾ ਜ਼ਿਆਦਾ ਹੋ ਜਾਂਦਾ ਹੈ, ਜੋ ਕਿ ਜ਼ਿਆਦਾਤਰ ਮੁਲਕਾਂ ਵਿੱਚ ਵੀ ਇਸੇ ਤਰੀਕੇ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਤੋਂ 13 ਅਪ੍ਰੈਲ ਤੱਕ ਪ੍ਰਾਪਤ ਕੀਤੇ ਗਏ ਅੰਕੜਿਆਂ ਮੁਤਾਬਕ ਪੁਰਸ਼ਾਂ ਦੀ ਮੌਤ ਦੀ ਗਿਣਤੀ ਮਹਿਲਾਵਾਂ ਤੋਂ ਵੱਧ ਹੈ। ਕੁੱਲ ਮਰਨ ਵਾਲਿਆਂ ਵਿੱਚੋਂ 56% ਆਦਮੀ ਹਨ ਅਤੇ ਬਾਕੀ 44% ਮਹਿਲਾਵਾਂ। ਪਰ ਪੰਜਾਬ ਵਾਸਤੇ ਇੱਕ ਹੋਰ ਚਿੰਤਾ ਦਾ ਵਿਸ਼ਾ ਹੈ, ਇੱਥੋਂ ਦੀ ਵੈਕਸੀਨ ਦੀ ਘੱਟ ਦਰ। ਅਜੇ ਤੱਕ ਪੰਜਾਬ ਵਿੱਚ 19 ਅਪ੍ਰੈਲ ਤੱਕ ਕੁੱਲ ਮਿਲਾ ਕੇ ਲਗਭਗ 24 ਲੱਖ ਡੋਜ਼ ਲਾਏ ਗਏ ਹਨ, ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ 30 ਲੱਖ ਤੋਂ ਵੀ ਵੱਧ ਲੋਕਾਂ ਨੇ ਵੈਕਸੀਨ ਲਵਾਇਆ ਹੈ। ਹਾਲਾਂਕਿ ਡਾਕਟਰ KK ਤਲਵਾਰ ਨੇ ਕਿਹਾ ਕਿ ਵੈਕਸੀਨ ਲਵਾਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦੇਖੋ, ਪੰਜਾਬ ਨੇ ਸ਼ੁਰੂ ਮੇ ਥੋੜਾ ਵੈਕਸੀਨੇਸ਼ਨ ਡਰਾਈਵ ਕਮ ਸੀ, ਮਤਲਬ ਲੋਕ ਕਮ ਆ ਰਹੇ ਥੇ, ਪਰ ਅਬ ਤੋ ਪੂਰੀ ਡਰਾਈਵ ਚੱਲ ਰਹੀ ਹੈ, ਅਬ ਤੋ 1 ਲੱਖ ਸੇ ਉੱਪਰ ਡੇਲੀ ਹੋ ਰਹੇ ਹੈ, ਔਰ ਮੈਂ ਕਹ 30 ਲੱਖ ਕੇ ਲੋਕੋ ਕੇ ਵੈਕਸੀਨੇਸ਼ਨ ਹੋਣੇ ਕੇ ਨਜ਼ਦੀਕ ਹਮ ਪਹੁੰਚ ਗਏ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸੂਬੇ ਵਿੱਚ 2 ਲੱਖ ਵੈਕਸੀਨ ਰੋਜ਼ ਲਗਾਏ ਜਾਣਗੇ। ਅਜਿਹਾ ਜਾਪਦਾ ਹੈ ਕਿ ਇਸ ਟਾਰਗੇਟ ਲਈ ਜਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਸੀ ਉਹ ਚੁੱਕੇ ਨਹੀਂ ਗਏ। ਮਾਹਿਰ ਕਹਿੰਦੇ ਹਨ ਕਿ ਲੋਕਾਂ ਨੂੰ ਵੀ ਵੈਕਸੀਨ ਲਵਾਉਣ ਲਈ ਰਾਜ਼ੀ ਕਰਨਾ ਪਵੇਗਾ, ਤਾਂ ਹੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਅਰਵਿੰਦ ਛਾਬੜਾ, BBC ਚੰਡੀਗੜ੍ਹ।